ਕੇਂਦਰੀ ਸ਼ਰੀ ਅਵਾਜ਼ੀ ਮੰਤਰਾਲੇ ਨੇ ਕਿਹਾ ਹੈ ਕਿ ਨਾਗਰਿਕ ਹੁਣ ਸਰਕਾਰ ਵੱਲੋਂ ਜਾਰੀ ਕੀਤੇ ਗਏ ਕਿਸੇ ਵੀ ਪਛਾਣ ਪੱਤਰ ਜਾਂ ਪਤੇ ਟਿਕਾਣੇ ਦੇ ਸਬੂਤ ਨਾਲ ਡਰੋਨ ਪਾਇਲਟ ਬਣ ਸਕਦੇ ਨੇ ਮੰਤਰਾਲੇ ਨੇ ਡਰੋਨ ਪਾਇਲਟਾਂ ਲਈ ਨਵੇਂ ਡਰੋਨ ਸੋਧ ਨਿਯਮ 2023 ਨੂੰ ਅਦੇ ਸੂਚਿਤ ਕੀਤਾ ਹੈ ਸੋਧ ਤੋਂ ਬਾਅਦ ਇਹ ਸਪਸ਼ਟ ਕੀਤਾ ਗਿਆ ਹੈ ਕਿ ਸਰਕਾਰ ਵੱਲੋਂ ਜਾਰੀ ਪਛਾਣ ਦਾ ਸਬੂਤ ਅਤੇ ਵੋਟਰ ਆਈਡੀ ਰਾਸ਼ਨ ਕਾਰਡ ਜਾਂ ਡਰਾਈਵਿੰਗ ਲਾਇਸੈਂਸ ਵਰਗੇ ਪਤੇ ਦੇ ਸਬੂਤ ਨਾਲ ਉਮੀਦਵਾਰ ਦੀ ਡਰੋਨ ਪਾਇਲਟ ਬਣਨ ਸੰਬੰਧੀ ਅਰਜ਼ੀ ਨੂੰ ਮਨਜ਼ੂਰ ਕੀਤਾ ਜਾ ਸਕਦਾ ਹੈ